ਇੱਕ ਭਿਆਨਕ ਸੜਕੀ ਹਾਦਸੇ ਦੇ ਵਿੱਚ ਦੋ ਨੌਜਵਾਨਾਂ ਦੀ ਮੌਤ ਹੋ ਗਈ। ਫਲਾਈਓਵਰ ਤੇ ਇਹ ਦਰਦਨਾਕ ਹਾਦਸਾ ਹੋ ਗਿਆ। ਇੱਕ ਨੌਜਵਾਨ ਫਲਾਈਓਵਰ ਤੋਂ ਹੇਠਾਂ ਡਿੱਗ ਪਿਆ ਔਰ ਦੂਜਾ ਫਲਾਈਓਵਰ ਦੇ ਉੱਤੇ ਹੀ ਲਟਕ ਪਿਆ। ਮੌਕੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਦੱਸਦੇ ਕਿ ਨੌਜਵਾਨਾਂ ਦੇ ਸਰੀਰ ਦੇ ਚਿੱਥੜੇ ਉੱਡ ਗਏ। ਅਣਪਛਾਤੇ ਵਾਹਨ ਨੇ ਇਹਨਾਂ ਨੂੰ ਜ਼ੋਰਦਾਰ ਟੱਕਰ ਮਾਰੀ। ਬਾਈਕ ਤੇ ਸਵਾਰ ਸੀ ਔਰ ਇਹਨਾਂ ਦੀ ਦਰਦਨਾਕ ਮੌਤ ਹੋ ਗਈ। ਇੱਕ ਤਾਂ ਫਲਾਈਓਵਰ ਦੇ ਹੇਠਾਂ ਡਿੱਗ ਪਿਆ ਔਰ ਦੂਜਾ ਫਲਾਈਓਵਰ ਦੇ ਉੱਤੇ ਹੀ ਲਟਕ ਪਿਆ। ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਸ਼ਹਿਰ ਗੁਰਾਇਆ ਦੇ ਵਿੱਚ ਇਹ ਦਰਦਨਾਕ ਹਾਦਸਾ ਹੋਇਆ। ਦੋਵੇਂ ਨੌਜਵਾਨ ਆਪਣੇ ਸ਼ਹਿਰ ਅੰਮ੍ਰਿਤਸਰ ਜਾ ਰਹੇ ਸੀ। ਰਸਤੇ ਦੇ ਵਿੱਚ ਇਹ ਦਰਦਨਾਕ ਭਾਣਾ ਵਾਪਰ ਗਿਆ। ਨੌਜਵਾਨਾਂ ਦੇ ਸਰੀਰ ਦੇ ਚਿੱਥੜੇ ਉੱਡ ਗਏ। ਮੌਕੇ ਤੇ ਪੁਲਿਸ ਦੇ ਮੁਲਾਜ਼ਮ ਪਹੁੰਚੇ ਨੇ। ਦੋਵਾਂ ਦੀਆਂ ਲਾਸ਼ਾਂ ਨੇ ਜਿਹੜੀਆਂ ਉਹਨਾਂ ਨੂੰ ਕਬਜ਼ੇ ਦੇ ਵਿੱਚ ਲਿਆ ਗਿਆ। ਇੱਕ ਨੌਜਵਾਨ ਫਲਾਈਓਵਰ ਦੇ ਉੱਤੇ ਹੀ ਲਟਕ ਪਿਆ। ਉਸਦੀ ਲਾਸ਼ ਨੂੰ ਥੱਲੇ ਉਤਾਰਿਆ ਗਿਆ ਔਰ ਇਸ ਘਟਨਾ ਦੀ ਬਰੀਕੀ ਦੇ ਨਾਲ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ। ਦੋਵੇਂ ਨੌਜਵਾਨ ਬਾਈਕ ਤੇ ਸਵਾਰ ਸੀ ਔਰ ਆਪਣੇ ਸ਼ਹਿਰ ਅੰਮ੍ਰਿਤਸਰ ਜਾ ਰਹੇ ਸੀ ਤਾਂ ਕਿਸੇ ਅਣਪਛਾਤੇ ਵਾਹਨ ਨੇ ਜ਼ੋਰਦਾਰ ਟੱਕਰ ਮਾਰੀ। ਦੋਵੇਂ ਨੌਜਵਾਨਾਂ ਦੀ ਦਰਦਨਾਕ ਮੌਤ ਹੋ ਗਈ। ਇੱਕ ਤਾਂ ਫਲਾਈਓਵਰ ਤੋਂ ਹੇਠਾਂ ਡਿੱਗ ਪਿਆ ਔਰ ਦੂਜਾ ਉੱਤੇ ਹੀ ਲਟਕ ਪਿਆ। ਤਸਵੀਰਾਂ ਦੇ ਵਿੱਚ ਸਾਫ਼ ਤੌਰ 'ਤੇ ਨਜ਼ਰ ਆ ਰਿਹਾ ਤਾਂ ਭਿਆਨਕ ਸੜਕੀ ਹਾਦਸਾ ਹੋਇਆ। ਸ਼ਹਿਰ ਗੁਰਾਇਆਂ ਦੇ ਵਿੱਚ ਦੋ ਨੌਜਵਾਨ ਫਲਾਈਓਵਰ 'ਤੇ ਫਲਾਈਓਵਰ ਤੋਂ ਆਪਣੇ ਸ਼ਹਿਰ ਅੰਮ੍ਰਿਤਸਰ ਜਾ ਰਹੇ ਸੀ। ਰਸਤੇ ਦੇ ਵਿੱਚ ਇਹ ਦਰਦਨਾਕ ਭਾਣਾ ਵਾਪਰ ਗਿਆ। ਦੋਵੇਂ ਨੌਜਵਾਨਾਂ ਦੀ ਦਰਦਨਾਕ ਮੌਤ ਹੋ ਗਈ। ਇਹ ਰੋਡ ਭਾਈ ਹੁਣੇ ਮੈਂ ਵੀ ਆਇਆ ਪਹਿਲੋਂ 15 ਮਿੰਟ ਪਹਿਲੋਂ ਤਾਂ ਰੋਡ 'ਤੇ ਇੱਕ ਭਾਈ ਫੁੱਲ ਲੰਘ ਰਹੇ ਸੀ। ਉਹਦਾ ਵੀ ਇੱਥੋਂ ਅੰਦਰ ਬਾਹਰ ਨਿਕਲੀ ਹੋਈ ਆ ਵਾ ਤਾਂ ਭਾਈ ਇੱਕ ਥੱਲੇ ਡਿੱਗੇ ਹੋਏ, ਉਹਨਾਂ ਦੀ ਵੀ ਅੰਦਰ ਨਿਕਲ ਗਿਆ ਸੀਗਾ, ਪਾਰਟ ਟੁੱਟ ਗਏ ਸਹੀ। ਕਿੰਨੇ ਕੁ ਜਾਣੇ ਸੀ? ਇਹ 2 ਜਣੇ ਸੀ ਭਾਜੀ। ਕਾਹਦੇ 'ਤੇ ਸੀਗੇ? ਇਹ ਬਾਈਕ 'ਤੇ ਸੀ। ਇਹ ਮਤਲਬ ਇਹ ਕਾਹਦੇ ਨਾਲ ਫੇਡ ਹੋਇਆ ਇਹਨਾਂ ਦਾ? ਇਹ ਭਾਜੀ ਪੱਕਾ ਨਹੀਂ ਪਤਾ ਕਾਹਤੇ ਹੋਇਆ ਵਾ, ਕਿੱਦਾਂ ਹੋਇਆ ਵਾ, ਹਜੇ ਕੋਈ ਨਹੀਂ ਪਤਾ ਪ੍ਰੋਪਰ। ਓਕੇ, ਤਾਂ ਮੇਰਾ ਵੀਰ ਚੱਕ ਕੇ ਲੈ ਗਏ ਹੁਣ ਮੁਲਾਜ਼ਮ 15 ਮਿੰਟ ਹੋ। ਕਿੰਨਿਆਂ ਦੀ ਡੈਥ ਹੋਈ ਆ? 2 ਜਣਿਆਂ ਦੀ ਭਾਜੀ। 2 ਜਣਿਆਂ ਦੀ ਡੈਥ ਹੋਈ ਆ। ਕਿੱਥੇ ਦੇ ਰਹਿਣ ਵਾਲੇ ਸੀ? ਇਹ ਅੰਮ੍ਰਿਤਸਰ ਦੇ ਰਹਿਣ ਵਾਲੇ। ਕਿੰਨਾ ਕੁ ਲੱਗਦਾ ਅੰਦਾਜ਼ਾ ਉਮਰ ਕਿੰਨੀ ਕੁ ਹੋਈ ਉਹਨਾਂ ਦੀ? ਉਮਰ ਭਾਜੀ ਮੇਰੇ ਸਾਹਮਣੇ 1 ਸਾਲ ਦੇ ਲਾਗੇ ਲੱਗਦਾ ਵਾ, 1 33 ਸਾਲ ਦਾ ਲੱਗਦਾ। ਤੇ ਜਿਹੜਾ ਹੈਗਾ ਇਹਨਾਂ ਨੂੰ ਸਿਵਲ ਹਸਪੀਟਲ ਮੋਰ ਸ਼ਿਫਟ ਕੀਤਾ ਗਿਆ। ਤੇ ਹਾਲੇ ਤੱਕ ਸਰ ਪਤਾ ਲੱਗਾ ਕੋਈ ਜਾਂ ਦੇ ਵਿੱਚ ਕਿਹਦੇ ਨਾਲ ਹਿੱਟ ਹੋਈ ਹੈ ਇਹਨਾਂ ਦੇ ਬਾਈਕ? ਹਾਲੇ ਤਾਂ ਜਿਹੜੇ ਡੈਥ ਹੋਏ ਨੇ ਜਿਹਨਾਂ ਦੀ ਮੌਤ ਹੋਈ ਉਹਨਾਂ ਨੂੰ ਜਿਹੜਾ ਹੈਗਾ ਕਲੀਅਰ ਕਰ ਰਹੇ ਹਾਂ, ਟ੍ਰੈਫਿਕ ਕਲੀਅਰ ਕਰ ਰਹੇ ਹਾਂ, ਬਸ ਜਲਦੀ ਪਾਰਟੀ ਕਰਦੇ ਹਾਂ, ਅਪਡੇਟ ਕਰ ਦਿੰਦੇ। ਇੱਕ ਭਿਆਨਕ ਸੜਕੀ ਹਾਦਸੇ ਦੇ ਵਿੱਚ ਦੋ ਨੌਜਵਾਨਾਂ ਦੀ ਮੌਤ ਹੋ ਗਈ। ਫਲਾਈਓਵਰ ਤੇ ਇਹ ਦਰਦਨਾਕ ਹਾਦਸਾ ਹੋ ਗਿਆ। ਇੱਕ ਨੌਜਵਾਨ ਫਲਾਈਓਵਰ ਤੋਂ ਹੇਠਾਂ ਡਿੱਗ ਪਿਆ ਔਰ ਦੂਜਾ ਫਲਾਈਓਵਰ ਦੇ ਉੱਤੇ ਹੀ ਲਟਕ ਪਿਆ। ਮੌਕੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਦੱਸਦੇ ਕਿ ਨੌਜਵਾਨਾਂ ਦੇ ਸਰੀਰ ਦੇ ਚਿੱਥੜੇ ਉੱਡ ਗਏ। ਅਣਪਛਾਤੇ ਵਾਹਨ ਨੇ ਇਹਨਾਂ ਨੂੰ ਜ਼ੋਰਦਾਰ ਟੱਕਰ ਮਾਰੀ। ਬਾਈਕ ਤੇ ਸਵਾਰ ਸੀ ਔਰ ਇਹਨਾਂ ਦੀ ਦਰਦਨਾਕ ਮੌਤ ਹੋ ਗਈ। ਇੱਕ ਤਾਂ ਫਲਾਈਓਵਰ ਦੇ ਹੇਠਾਂ ਡਿੱਗ ਪਿਆ ਔਰ ਦੂਜਾ ਫਲਾਈਓਵਰ ਦੇ ਉੱਤੇ ਹੀ ਲਟਕ ਪਿਆ। ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਸ਼ਹਿਰ ਗੁਰਾਇਆ ਦੇ ਵਿੱਚ ਇਹ ਦਰਦਨਾਕ ਹਾਦਸਾ ਹੋਇਆ। ਦੋਵੇਂ ਨੌਜਵਾਨ ਆਪਣੇ ਸ਼ਹਿਰ ਅੰਮ੍ਰਿਤਸਰ ਜਾ ਰਹੇ ਸੀ। ਰਸਤੇ ਦੇ ਵਿੱਚ ਇਹ ਦਰਦਨਾਕ ਭਾਣਾ ਵਾਪਰ ਗਿਆ। ਨੌਜਵਾਨਾਂ ਦੇ ਸਰੀਰ ਦੇ ਚਿੱਥੜੇ ਉੱਡ ਗਏ। ਮੌਕੇ ਤੇ ਪੁਲਿਸ ਦੇ ਮੁਲਾਜ਼ਮ ਪਹੁੰਚੇ ਨੇ। ਦੋਵਾਂ ਦੀਆਂ ਲਾਸ਼ਾਂ ਨੇ ਜਿਹੜੀਆਂ ਉਹਨਾਂ ਨੂੰ ਕਬਜ਼ੇ ਦੇ ਵਿੱਚ ਲਿਆ ਗਿਆ। ਇੱਕ ਨੌਜਵਾਨ ਫਲਾਈਓਵਰ ਦੇ ਉੱਤੇ ਹੀ ਲਟਕ ਪਿਆ। ਉਸਦੀ ਲਾਸ਼ ਨੂੰ ਥੱਲੇ ਉਤਾਰਿਆ ਗਿਆ ਔਰ ਇਸ ਘਟਨਾ ਦੀ ਬਰੀਕੀ ਦੇ ਨਾਲ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ। ਦੋਵੇਂ ਨੌਜਵਾਨ ਬਾਈਕ ਤੇ ਸਵਾਰ ਸੀ ਔਰ ਆਪਣੇ ਸ਼ਹਿਰ ਅੰਮ੍ਰਿਤਸਰ ਜਾ ਰਹੇ ਸੀ ਤਾਂ ਕਿਸੇ ਅਣਪਛਾਤੇ ਵਾਹਨ ਨੇ ਜ਼ੋਰਦਾਰ ਟੱਕਰ ਮਾਰੀ।
ਦੋਵੇਂ ਨੌਜਵਾਨਾਂ ਦੀ ਦਰਦਨਾਕ ਮੌਤ ਹੋ ਗਈ। ਇੱਕ ਤਾਂ ਫਲਾਈਓਵਰ ਤੋਂ ਹੇਠਾਂ ਡਿੱਗ ਪਿਆ ਔਰ ਦੂਜਾ ਉੱਤੇ ਹੀ ਲਟਕ ਪਿਆ, ਤਸਵੀਰਾਂ ਦੇ ਵਿੱਚ ਸਾਫ਼ ਤੌਰ 'ਤੇ ਨਜ਼ਰ ਆ ਰਿਹਾ। ਤਾਂ ਭਿਆਨਕ ਸੜਕੀ ਹਾਦਸਾ ਹੋਇਆ ਸ਼ਹਿਰ ਗੁਰਾਇਆਂ ਦੇ ਵਿੱਚ। ਦੋ ਨੌਜਵਾਨ ਫਲਾਈਓਵਰ 'ਤੇ ਫਲਾਈਓਵਰ ਤੋਂ ਆਪਣੇ ਸ਼ਹਿਰ ਅੰਮ੍ਰਿਤਸਰ ਜਾ ਰਹੇ ਸੀ। ਰਸਤੇ ਦੇ ਵਿੱਚ ਇਹ ਦਰਦਨਾਕ ਭਾਣਾ ਵਾਪਰ ਗਿਆ, ਦੋਵੇਂ ਨੌਜਵਾਨਾਂ ਦੀ ਦਰਦਨਾਕ ਮੌਤ ਹੋ ਗਈ। ਇਹ ਰੋਡ ਭਾਈ ਹੁਣੇ ਮੈਂ ਵੀ ਆਇਆ ਪਹਿਲੋਂ ਤਾਂ 15 ਮਿੰਟ ਪਹਿਲੋਂ ਤਾਂ ਰੋਡ 'ਤੇ ਇੱਕ ਭਾਈ ਫੁੱਲ ਲੰਘ ਰਹੇ ਸੀ, ਉਹਦਾ ਵੀ ਇੱਥੋਂ ਅੰਦਰ ਅੰਦਰ ਬਾਹਰ ਨਿਕਲੀ ਹੋਈ ਆ ਵਾ। ਤਾਂ ਭਾਈ ਇੱਕ ਥੱਲੇ ਡਿੱਗੇ ਹੋਏ, ਉਹਨਾਂ ਦੀ ਵੀ ਅੰਦਰ ਨਿਕਲ ਗਿਆ, ਠੀਕ ਹੈ, ਪਾਰ ਟੁੱਟ ਗਏ ਸਹੀ। ਕਿੰਨੇ ਕੁ ਜਾਣੇ ਸੀਗੇ? ਦੋ ਜਾਣੇ ਸੀ ਭਾਜੀ। ਕਾਹਦੇ 'ਤੇ ਸੀਗੇ? ਇਹ ਬਾਈਕ 'ਤੇ ਸੀ। ਇਹ ਮਤਲਬ ਇਹ ਕਾਹਦੇ ਨਾਲ ਫੇਡ ਹੋਇਆ ਇਹਨਾਂ ਦਾ? ਇਹ ਭਾਜੀ ਪੱਕਾ ਨਹੀਂ ਪਤਾ ਕਾਹਤੇ ਹੋਇਆ ਵਾ, ਕਿੱਦਾਂ ਹੋਇਆ ਵਾ, ਹਜੇ ਕੋਈ ਨਹੀਂ ਪਤਾ ਪ੍ਰੋਪਰ। ਓਕੇ, ਤਾਂ ਮੇਰਾ ਵੀਰ ਚੱਕ ਕੇ ਲੈ ਗਿਆ ਹੁਣ ਮੁਲਾਜ਼ਮ 15 ਮਿੰਟ। ਕਿੰਨਿਆਂ ਦੀ ਡੈਥ ਹੋਈ ਆ? ਦੋ ਜਣਿਆਂ ਦੀ ਭਾਈ। ਦੋ ਜਣਿਆਂ ਦੀ ਡੈਥ ਹੋਈ ਆ? ਕਿੱਥੇ ਵੀ ਰਹਿਣ ਵਾਲੇ ਸੀ? ਅੰਮ੍ਰਿਤਸਰ ਨਾਲ ਰਹਿੰਦੇ। ਕਿੰਨਾ ਕੁ ਲੱਗਦਾ ਅੰਦਾਜ਼ਾ ਉਮਰ ਕਿੰਨੀ ਕੁ ਹੋਈ ਉਹਨਾਂ ਦੀ? ਉਮਰ ਭਾਜੀ ਜਿਹੜੇ ਸਾਹਮਣੇ 35 ਦੇ ਲਾਗੇ ਲੱਗਦਾ ਵਾ, 1-33 ਸਾਲ ਦਾ ਲੱਗਦਾ। ਤੇ ਜਿਹੜਾ ਹੈਗਾ ਇਹਨਾਂ ਨੂੰ ਸਿਵਲ ਹਸਪੀਟਲ ਲਾਹੌਰ ਵਿੱਚ ਕੀਤਾ ਗਿਆ। ਅਤੇ ਹਾਲੇ ਤੱਕ ਸਰ ਪਤਾ ਲੱਗਾ ਕੋਈ ਜਾਣ ਦੇ ਵਿੱਚ ਕਿਹਦੇ ਨਾਲ ਹਿੱਟ ਹੋਈ ਆ ਇਹਨਾਂ ਦੇ ਬਾਈਕ? ਹਾਲੇ ਤਾਂ ਜਿਹੜੇ ਡੈਥ ਹੋਏ ਨੇ ਜਿਹਨਾਂ ਦੀ ਮੌਤ ਹੋਈ ਉਹਨਾਂ ਨੂੰ ਜਿਹੜਾ ਹੈਗਾ ਕਲੀਅਰ ਕਰ ਰਹੇ ਹਾਂ, ਟ੍ਰੈਫਿਕ ਕਲੀਅਰ ਕਰ ਰਹੇ ਹਾਂ, ਬਸ ਜਲਦੀ ਪਾਰਕਿੰਗ ਕਰ ਦਿੰਦੇ ਅਪਡੇਟ ਕਰ ਦਿੰਦੇ।